ਅਸਲਾਮੁ ਅਲੈਕੁਮ, ਕੀ ਹਾਲ ਹੈ ਸਭ ਦਾ? ਠੀਕ ਠਾਕ ਹੋ? ਸਿਹਤ ਅੱਛੀ ਹੈ ਅਤੇ ਫਿੱਟ ਫਾਟ ਹੋ? ਓਕੇ ਦੀਆਂ ਰਿਪੋਰਟਾਂ ਸ਼ਪੋਟਾਂ ਨੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਇਆ ਹਾਂ। ਰੋਜ਼ ਹੀ ਸਫ਼ਰ ਹੈ, ਰੋਜ਼ ਹੀ ਚੀਲ ਨੇ ਲਾਈਫ ਦਾ, ਓਕੇ ਦੀਆਂ ਰਿਪੋਰਟਾਂ ਸ਼ਪੋਟਾਂ ਨੇ। ਅਤੇ ਬਾਕੀ ਯਾਰ ਬਿਜਲੀ ਦਾ ਬਿੱਲ ਛੇ ਲਾ ਚੁੱਕਿਆ, ਆਉਣ ਤਾਰਨਾ ਹੈ, ਤਾਰਨ ਜਾਣਾ। ਤਾਰਨ ਜਾਣੇ ਤੋਂ ਮੁਰਾਦ ਪਤਾ ਜੇ ਕੀ ਉਹ ਸਬਮਿਟ ਕਰਨਾ ਹੈ, ਮਤਲਬ ਓਕੇ ਦੀ ਰਿਪੋਰਟ ਕਰਾਉਣੀ ਹੈ ਉਹਦੀ, ਉਹਨੂੰ ਕੀ ਆਉਂਦੇ ਹੋ ਯੈਸ ਕਮਾਂਡੋ ਕਰਾਉਣਾ ਬਿਜਲੀ ਦਾ ਬਿੱਲ। ਅਤੇ ਉਹਦੇ ਵਾਸਤੇ ਜਾਣਾ ਸੀ ਜਨਾਬ ਮਿਆਣਾ ਗੁੰਦਲ, ਸਾਡੇ ਲਾਗੇ ਲੱਗਦਾ, ਕਰੀਬ ਲੱਗਦਾ, ਨੇੜੇ ਹੀ ਹੈ। ਤੁਹਾਨੂੰ ਜਿੰਨੀਆਂ ਜ਼ੁਬਾਨਾਂ 'ਚ ਜਿਵੇਂ ਆਖੋ ਪੰਜਾਬੀ ਸਮਝਾ ਸਕਣਾ, ਅਤੇ ਉਰਦੂ ਵੀ ਮੈਨੂੰ ਥੋੜ੍ਹੀ ਬਹੁਤ ਯਾਰ ਆਉਂਦੀ ਹੈ, ਇੰਨਾ ਵੀ ਨਹੀਂ ਮਾੜਾ ਹੈਗਾ। ਮੈਂ ਮਿਆਣਾ ਗੁੰਦਲ ਜਾਣਾ ਯਾਰ। ਅਤੇ ਬਾਕੀ ਤੁਸੀਂ ਠੀਕ ਹੋ ਨਾ? ਮੈਂ ਉਮੀਦ ਰੱਖਣਾ ਬਾਈ ਤੁਸੀਂ ਠੀਕ ਹੀ ਆਓ। ਅਤੇ ਔਖੇ ਦੀਆਂ ਰਿਪੋਰਟਾਂ ਆਉਣਦੀਆਂ, ਉੱਠੀਏ ਯਾਰ। ਯਾਰ ਸੀਨ ਹੈ ਕਿ ਉਹੀ ਤਾਂ ਵਿਹਲਾ ਹੀ ਅੱਜ ਕੱਲ੍ਹ ਘਰ, ਲੇਕਿਨ ਵਿਹਲਾ ਇੰਨਾ ਵੀ ਨਹੀਂ ਹੈ ਜਿੰਨਾ ਤੁਸੀਂ ਸਮਝ ਲਿਆ। ਵਿੰਡੋ ਆਨ ਆਨ ਕੀ, ਵਿੰਡੋ ਖੋਲ੍ਹੀ ਹੀ, ਮਤਲਬ ਉਹ ਰੋਸ਼ਨੀ ਕੇ ਲੀਏ। ਅਤੇ ਬਾਕੀ ਇਹ ਰਿਹਾ ਮੇਰੇ ਹੱਥ ਵਿੱਚ ਬਿੱਲ, ਇਹਨੂੰ ਜਾ ਕੇ ਯਾਰ ਅਸੀਂ ਅੱਜ ਪੇ ਕਰਨਾ ਤਾਂ ਆਇਆ ਕਿੰਨਾ ਯਾਰ ਟੈਕਸ। ਇੱਕ ਤਾਂ ਇਹ ਵੇਖ ਲਓ ਬੜੀ ਮੁਸੀਬਤ, ਟੈਕਸ ਬਹੁਤ ਜ਼ਿਆਦਾ ਇਹਦੇ 'ਤੇ ਆਏ ਹੁੰਦੇ ਨੇ। ਔਰ ਸੀਨ ਇਹ ਜਨਾਬ, ਮੁਕਰਰ ਤਰੀਕ ਤੱਕ ਜਿੱਦਾਂ ਪੇਏਬਲ ਆਫਟਰ ਨਾ ਪੇਏਬਲ ਵਿਦ ਇਨ ਡਿਊ ਡੇਟ 1700 ਰੁਪਿਆ ਆਇਆ, 1709 ਥੋੜ੍ਹੇ ਹੀ ਆਇਆ ਤੁਹਾਡੇ ਹਿਸਾਬ ਨਾਲ, ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਆ। ਬੜਾ ਮਾੜਾ ਬੰਦਾ ਹੋ ਯਾਰ, ਮੈਂ ਕਿਆ ਕਾਰ 'ਤੇ ਹੋਆ। ਅਤੇ ਆ ਵੀ ਹਮ ਮੈਂ ਮਤਲਬ ਯਾਰ ਉਰਦੂ ਮੇਂ ਮਾਸਲਾ ਥਾ ਥੋੜ੍ਹਾ ਸਾ ਵੀ ਨਿਕਾਲ ਨਿਕਲਨੇ ਲਗਾ ਹੂੰ, ਠੀਕ ਹੈ। ਤੋ ਆਪਕੋ ਅੱਜ ਮਿਆਣਾ ਗੋਂਦਲ ਦਿਖਾਤੇ ਹੈ, ਮਿਆਣਾ ਗੋਂਦਲ। ਲਓ ਜੀ ਬਾਬਾ ਜੀ, ਪਹਿਲੇ ਤਾਂ ਸਲਾਹ ਸੀ ਆਪਣੀ ਕਿ ਜਾ ਕੇ ਬਿੱਲ ਛੇ ਲਈ ਤਾਰਨਾ ਹੈ, ਜਸਟ ਹੁਣ ਜਨਾਬ ਕਾਲ ਆਈ ਹੈ। ਕਜ਼ਨ ਆਪਣਾ ਸ਼ਹਿਜ਼ਾਦਾ ਭਰਾ ਮਿੱਠਾ ਵੀਰ ਉਮੈਰ ਬੜਾਇਆ ਜਾ ਰਿਹਾ, ਹੁਣ ਰਸੀਵ ਹੁਣ ਕਰਨਾ। ਅਤੇ ਹੁਣ ਮੈਂ ਜਾ ਰਿਹਾ ਜਨਾਬ ਨੂਰੀ ਨਾਥ ਨੂੰ ਜਾਣਾ, ਜਾ ਕੇ ਉਮੈਰ ਨੂੰ ਜਨਾਬ ਲਿਆਉਂਦੇ ਹਾਂ, ਨਾਲੇ ਬਿੱਲ ਪੇ ਕਰਨੇ ਹਾਂ ਅਤੇ ਗੱਪਾਂ ਛੱਪਾਂ ਲਾਉਂਦੇ ਚੱਲਣੇ ਹਾਂ। ਇਹ ਚੈੱਕ ਕਰੋ ਜਨਾਬ, ਸਾਡੇ ਨਾਥ ਸਾਹਿਬ ਨੇ ਜਿਹੜੇ ਬਿਲਕੁਲ ਖਸਤਾ ਹਾਲਤ ਵਿੱਚ ਸੁੱਤੇ ਉੱਠੇ ਨੇ, ਸੁੱਤੇ ਉੱਠੇ ਨੇ ਬਾਬਾ ਜੀ। ਇਹਨਾਂ ਨੂੰ ਨਾਸ਼ਤਾ ਕਰਵਾਉਣਾ, ਨਾਸ਼ਤਾ ਕਰਵਾਉਣੇ ਵਾਸਤੇ ਜਾ ਰਹੇ, ਬਲਕਿ ਨਾਸ਼ਤਾ ਕਰਵਾਉਣਾ ਨਹੀਂ, ਨਾਸ਼ਤਾ ਕਰਵਾਉਣ ਆ ਰਿਹਾ ਸਾਨੂੰ ਬੰਦਾ। ਇਹ ਚੈੱਕ ਕਰੋ ਬਾਬਾ ਜੀ, ਮਿਆਣਾ ਗੁੰਦਲ ਦਾ ਬਾਜ਼ਾਰ ਜੇ ਮੇਨ ਸਾਨੂੰ ਨਜ਼ਦੀਕ ਤਰੀਨ ਨਾ ਬਾਬਾ ਜੀ, ਇਹ ਮਤਲਬ ਮਿਆਣਾ ਗੁੰਦਲ ਹੀ ਪੈਂਦਾ। ਅਤੇ ਬਾਕੀ ਜਿਹੜੀ ਕੋਈ ਚੀਜ਼ ਛੋਟੀ ਮੋਟੀ ਜਿਹੜੀ ਹੈ ਨਾ, ਉਹ ਇੱਥੇ ਰਹਿੰਦੀ ਹੈ। ਹੁਣ ਤਾਂ ਕਾਫੀ ਜ਼ਿਆਦਾ ਪਿੰਡ ਵੀ ਤਰੱਕੀ ਹੋ ਗਈ ਹੈ, ਅਤੇ ਇਸ ਵਾਸਤੇ ਇੱਥੇ ਵੀ ਘੱਟ ਵੱਧ ਚੱਕਰ ਲੱਗਦਾ। ਔਰ ਬਾਬਾ ਜੀ ਅਲਬਦਰ ਸਵੀਟਸ ਮਿਆਣਾ ਗੁੰਦਲ, ਬੜੀ ਮਸ਼ਹੂਰ ਮਠਿਆਈ ਅਤੇ ਬਰਫੀ ਇਹਨਾਂ ਦੀ। ਬਾਕੀ ਜਨਾਬ ਇਹ ਸਾਡੇ ਮਸ਼ਹੂਰ ਬੰਦੇ ਬਰਫੀ ਵਾਲੇ, ਜਿਨ੍ਹਾਂ ਨੂੰ ਇਲਾਕਾ ਪੂਰਾ ਜਾਣਦਾ, ਤੁਸੀਂ ਨਹੀਂ ਜਾਣਦੇ ਤਾਂ ਜਾਣ ਲਓ। ਮੈਂ ਕਿਹਾ ਚਲੋ ਇਹਨਾਂ ਨੂੰ ਵੀ ਸ਼ੇਅਰ ਕਰੀਏ ਤੁਹਾਡੇ ਨਾਲ। ਬਾਕੀ ਇਹਨਾਂ ਦਾ ਬਹੁਤ ਅੱਛਾ ਸੈਟਅਪ ਜੇ ਮਾਸ਼ਾਅੱਲਾ ਬਦਰ ਸਵੀਟਸ ਵਾਲਿਆਂ ਦਾ। ਔਰ ਬਦਰ ਸਵੀਟ ਮਿਆਣਾ ਗੁੰਦਲ ਦੀ ਬੜੀ ਮਸ਼ਹੂਰ ਬਰਫੀ ਮਠਿਆਈ ਹੈ। ਇਹ ਘੱਟ ਮਿੱਠੇ ਵਾਲੀ ਪਈ ਜੇ ਥੱਲੇ, ਜਿਹਦੇ 'ਚ ਬਹੁਤ ਕਮ ਸ਼ੂਗਰ ਹੁੰਦੀ ਹੈ। ਔਰ ਇੱਧਰ ਇਹਨਾਂ ਕੋਲ ਮਤਲਬ ਇਹ ਥੋੜ੍ਹਾ ਬਹੁਤ ਹੀ ਇਹਨਾਂ ਕੋਲ ਇੱਥੇ ਪਿਆ ਨਿਜ਼ਾਮ, ਬਾਕੀ ਇਹਨਾਂ ਦਾ ਸਾਰਾ ਜਿਹੜਾ ਉਹ ਆਹ ਲੋ ਚੀਜ਼ਾਂ ਜਿਹੜੀਆਂ ਨਾ ਟਰੇਸ਼ਰੇ ਹੀ ਆਉਂਦੇ ਨੇ, ਗੋਦਾਮ 'ਚੋਂ ਨਾਲ ਹੀ ਗੋਦਾਮ, ਇਹਨਾਂ ਦਾ ਬਹੁਤ ਜ਼ਿਆਦਾ ਕੰਮ ਹੈ ਇੱਥੇ। ਇਸ ਸਾਈਡ ਸਾਹਮਣੇ ਇਹਨਾਂ ਆਪਣੇ ਪੀਰਾਂ ਦੀ ਲਾਈ ਜੀ ਤਸਵੀਰ। ਔਰ ਬਾਕੀ ਕੋਈ ਬੇਕਰੀ ਦੀਆਂ ਚੀਜ਼ਾਂ ਚੀਜ਼ਾਂ ਵੀ ਇਹਨਾਂ ਰੱਖੀਆਂ ਨੇ ਇੱਥੇ। ਆਹ ਸਾਹਮਣੇ ਮੈਂ ਖੜਨਾ ਮੰਥਲੀ ਜਿਹੜੇ ਮਤਲਬ ਚੀਜ਼ਾਂ ਹੁੰਦੀਆਂ ਨੇ ਨਾ ਕਰਦੀਆਂ, ਉਹ ਇੱਥੋਂ ਹੀ ਖੜੀ ਦੀਆਂ ਨੇ ਸਾਹਮਣੇ। ਉੱਥੇ ਲੋ ਬਾਬਾ ਜੀ, ਇਹ ਸਿੱਧਾ ਰੋਡ ਜਾ ਰਿਹਾ ਜੇ ਜਨਾਬ ਸਰਗੋਦਾ ਰੋਡ 'ਤੇ। ਆ ਜਨਾਬ ਚੈੱਕ ਕਰੋ, ਇਹ ਸਾਹਮਣੇ ਲੱਗੇ ਹੁੰਦੇ ਨੇ ਲਾਲਾ ਉਮੈਰ ਬੜਾਈ ਸਾਹਿਬ, ਪੰਦਿਆਲ ਕੋਈ ਤੋਂ ਲੈ ਕੇ। ਆਈਏ ਆਈਏ ਜਨਾਬ ਲਾਲਾ ਉਮੈਰ ਬੜਾਈ ਸਾਹਿਬ। ਜਨਾਬ ਸੁਣਾਓ, ਸਿਹਤਾਂ ਸ਼ੇਤਾਂ ਜੋਰ ਨੇ? ਅਰਦਾਸ ਸਾਹਿਬ ਨੂੰ ਮਿਲੋ, ਮਾਲ ਮਿਲਿਆ ਜੇ। ਉਹ ਸਰਕਾਰੋਂ ਅਸੀਂ ਜਨਾਬ ਪਹੁੰਚਾਇਆ ਇਸ ਟਾਈਮ ਚਾਚੇ ਦੇ ਚੋਲਾਂ 'ਤੇ। ਚਾਚਾ ਸਾਡਾ ਬੜਾ ਫੇਵਰੇਟ ਹੈ, ਮਿਆਣਾ ਗੁੰਦਲ ਜੀ ਦੇ ਚੋਲ ਛੋਲਾ ਕੇ ਖਾਈਦੇ ਨੇ। ਬੁੜੇ ਖੈਰ ਜੁੜ ਗਏ ਨੇ ਚੋਲਾਂ ਦੀ ਜੁੱਤੀ ਕੱਢਣ, ਮੈਂ ਚੈੱਕ ਕਰਵਾਉਂਦਾ। ਲਾਲਾ ਜੀ ਬਾਦਸ਼ਾਹ ਨਾਸ਼ਤਾ ਤੁਸੀਂ ਸ਼ੇਖੂਪੁਰੀ ਛੱਡ ਕੇ ਆ ਕੇ ਇੱਥੇ ਕਰਦੇ ਹੋ ਪਏ, ਗੱਲ ਹੀ ਯਾਰ। ਚਾਚੇ ਦੇ ਚੋਲ ਅਤੇ ਕਮਾਲ ਦੇ ਚੋਲ, ਵਾਹ ਜੀ ਵਾਹ, ਕਿਆ ਵਾਹ। ਚਾਚੇ ਦੇ ਚੋਲ ਨਹੀਂ ਭੁੱਲ ਸਕਦੇ, ਇੱਧਰ ਚੈੱਕ ਕਰੋ ਤੁਸੀਂ। ਭਾਅ ਜੀ ਬਾਬਿਓ ਵਾਪਸੀ ਆ ਗਏ ਆ ਘਰ, ਡਰਾਪ ਕਰ ਦਿੱਤਾ ਲਾਲੇ ਉਮੈਰ ਨੂੰ ਵੀ ਔਰ ਨੂਰੀ ਨਾਥ ਸਾਹਿਬ ਨੂੰ ਵੀ। ਬਾਕੀ ਬਿੱਲ ਜਿਹੜਾ ਉਹ ਹੀ ਜਨਾਬ ਪੇ ਕਰ ਦਿੱਤਾ ਸੀ ਪੋਸਟ ਆਫਿਸ ਤੋਂ,
ਬਿਲਕੁਲ ਰਸ਼ ਵਸ਼ ਉੱਥੇ ਕੋਈ ਨਹੀਂ ਹੈ। ਇਹੀ ਸਭ ਤੋਂ ਪਹਿਲੀ ਪੇੜ ਕਰ ਦਿੱਤਾ ਸੀ ਡਾਕਖਾਨੇ 'ਚ। ਅਰੇ ਗੱਲਾਂ ਤਾਂ ਚੱਲਦੀਆਂ ਹੀ ਰਹਿਣ ਦੀਆਂ ਬਾਬਾ ਜੀ, ਬਾਕੀ ਮੈਨੂੰ ਭੁੱਖ ਲੱਗੀ ਬੜੀ ਡਾਢੀ, ਅਤੇ ਹੁਣ ਚੱਲੇ ਦੀ ਗਾਜਰ। ਬਾਬੇ ਉਹ ਐਰੀ ਗਾਜਰ ਭੁੱਖ ਲੱਗੀ ਸੀ ਬੜੀ ਡਾਢੀ ਮੈਨੂੰ ਨਾ ਕੇ, ਹਾਲਾਂਕਿ ਉੱਥੋਂ ਚਾਵਲ ਖਾਧੇ ਸਿੰਗਲ ਪਲੇਟ ਹੀ ਖਾਧੀ ਸੀ ਮੈਂ। ਬਾਕੀ ਯਾਰ ਹੈਲਦੀ ਡਾਇਟ ਜਿਹੜੀ ਉਹ ਇਸਤੇਮਾਲ ਕਰਿਆ ਕਰੋ, ਗਾਜਰ ਜਿਹੜੀ ਅੱਜ ਕੱਲ੍ਹ ਬਹੁਤ ਜ਼ਿਆਦਾ, ਗਾਜਰ ਦਾ ਇਸਤੇਮਾਲ ਕਰਿਆ ਕਰੋ ਬਹੁਤ ਜ਼ਿਆਦਾ, ਫਰੈਸ਼ ਗਾਜਰ ਦਾ ਤੁਹਾਡੀ ਸਕਿਨ ਵਾਸਤੇ ਗਾਜਰ ਬਹੁਤ ਜ਼ਬਰਦਸਤ ਹੈ ਬਾਬਾ ਜੀ। ਔਰ ਗਾਜਰ ਦਾ ਜਿਹੜਾ ਸਭ ਤੋਂ ਮੇਨ ਫਾਇਦਾ ਉਹ ਤੁਹਾਡੀ ਆਈਜ਼ ਔਰ ਸਕਿਨ ਜਿਹੜੀ ਹੈ ਮਤਲਬ ਬੜੀ ਫਰੈਸ਼ ਅਤੇ ਓਕੇ ਦੀ ਰਿਪੋਰਟ ਰਹੇਗੀ। ਲੋਕ ਮੈਨੂੰ ਆਉਂਦੇ ਹਨ ਪਿਨਾਲ ਦੇ ਵੀ ਕਿ ਯਾਰ ਇੰਨੇ ਪਿਆਰੇ ਵਾਲ ਸਨ, ਸ਼ਰਾਜ਼ ਹੈ ਕੀ ਕੀਤਾ, ਟਿੰਡ ਇਸ ਕਰਕੇ ਕਰਵਾਈ ਸੀ ਕਿ ਕੋਈ ਤਬੀਅਤ ਥੋੜ੍ਹੀ ਮਤਲਬ ਫਰੈਸ਼ ਨਹੀਂ ਸੀ, ਅੱਛੀ ਨਹੀਂ ਸੀ, ਔਰ ਬਹੁਤ ਮਤਲਬ ਉਲਝਣ 'ਚ ਹਾਂ। ਅਲਹਮਦੁਲਿਲਾ ਵੈਸੇ ਇੰਝ ਵੀ ਚੱਪੜ ਗੰਜੂ ਵੀ ਕੰਮ ਠੀਕ ਹੀ ਓਕੇ ਦੀ ਰਿਪੋਰਟ ਹੋ ਜਾਂਦੀ ਹੈ। ਅਗਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ, ਲਾਈਕ ਕਰ ਦਿਓ, ਔਰ ਨਵੀਂ ਆਉਣੇ ਵਾਲੀ ਵੀਡੀਓ ਜਿਹੜੀ ਹੈ ਉਹਨੂੰ ਇੰਝ ਹੀ ਪਿਆਰ ਦਿਓ ਯਾਰ ਪਿਆਰ, ਔਰ ਕਮੈਂਟਸ ਕਰਿਆ ਕਰੋ। ਤੁਹਾਡਾ ਜਿਹੜਾ ਇੱਕ ਕਮੈਂਟ ਹੁੰਦਾ ਉਹ ਬਹੁਤ 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 ਪਾਵਰ ਹੁੰਦੀ ਹੈ, ਅਤੇ ਧੱਕ ਪਾ ਦਿਓ ਚੈਂਪੀਅਨ ਜੀ। ਇਨਸ਼ਾਅੱਲਾ ਮਿਲਾਂਗੇ ਕਿਸੇ ਹੋਰ ਵੀਡੀਓ 'ਚ, ਉਦੋਂ ਤੱਕ ਇਜਾਜ਼ਤ ਦਿਓ, ਅੱਲਾ ਹਾਫਿਜ਼।